ਕਲਾਸ 7ਵੀਂ ਦੀ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਪ੍ਰੈਕਟਿਸ ਸ਼ੀਟ ਨੰਬਰ 7 ਵਿੱਚ ਮੈਂ राजीव ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਫਿਰ ਵਿੱਚੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੇ ਆਓ ਬਿਨਾਂ ਸਮਾਂ ਗਵਾਏ ਫਟਾਫਟ ਸ਼ੁਰੂ ਕਰਦੇ ਹਾਂ ਪ੍ਰੈਕਟਿਸ ਸ਼ੀਟ ਨੰਬਰ 7 ਪਹਿਲੇ ਪ੍ਰਸ਼ਨ ਤੋਂ ਸੋ ਪਹਿਲਾ ਪ੍ਰਸ਼ਨ ਸਾਡੇ ਕੋਲ ਹੈ ਕਿ ਹੇਠ ਲਿਖਿਆ ਵਿੱਚੋਂ ਕਿਹੜੇ ਭੋਜਨ ਦੇ ਮੁੱਖ ਅੰਸ਼ ਹਨ ਸੋ ਫਿਰ ਵਿੱਚੋਂ ਭੋਜਨ ਦੇ ਜੋ ਮੁੱਖ ਅੰਸ਼ ਹਨ ਉਹ ਹਨ ਕਾਰਬੋਹਾਈਡਰੇਟਸ ચરબી ויટામિન પ્રોટીન تے کھણچ ٹھیک ہے سو ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦਾ ਕੀ ਕੰਮ ਹੈ ਸਾਡੇ શરીਰ ਦੇ ਵਿੱਚ سو પ્રોટીન ਜਿਹੜੇ ਨੇ ਇਹ ઊર્જા ਦੇ ਮੁੱਖ ਸੋਮੇ ਨੇ ਸਾਡੇ ਸਾਡੇ શરીર ਨੂੰ ઊર્જા ਪਹੁੰਚਾਉਣ ਵਾਲੇ ਕੌਣ ਨੇ کارਬੋਹਾਈਡਰੇਟਸ ਇਹ ዳਲਾਂ ਰੋਟੀ ਚਾਵਲ ٹھیک ہے جی ਆਲੂ ਆਦ ਵਿੱਚ ਮਿਲਦੇ ਹਨ ਉਸ ਤੋਂ ਬਾਅਦ ਗੱਲ ਕਰਦੇ ਹੈਗੇ ਚਰਬੀ ਦੀ ਇਹ ਸਾਡੇ ਅੰਦਰ ਕਾਰਬੋਹਾਈਡਰੇਟਸ ਮਤਲਬ ਊਰਜਾ ਦਾ ਹੀ ਕੰਮ ਕਰਦੇ ਆ ਚਰਬੀ ਵੀ ਬਟ ਇਹ ਸਟੋਰਡ ਰੂਪ ਦੇ ਵਿੱਚ ਹੁੰਦੀ ਹੈਗੀ ਆ ਠੀਕ ਹੈ ਉਸ ਤੋਂ ਬਾਅਦ ਵਿਟਾਮਿਨਸ ਦੀ ਗੱਲ ਕਰਦੇ ਆ ਇਹ ਸਰੀਰ ਦੀ ਸਹੀ ਕਾਰਗੁਜ਼ਾਰੀ ਲਈ ਲੋੜਿੰਦੇ ਆ ਠੀਕ ਹੈ ਇਹ ਫਲ ਸਬਜ਼ੀਆਂ ਤੇ ਨਰਸ ਵਿੱਚ ਪਾਏ ਜਾਂਦੇ ਹਨ ਤੋਂ ਜਿਹੜੇ ਪ੍ਰੋਟੀਨ ਹੈਗੇ ਆ ਸਰੀਰ ਦੇ ਨਿਰਮਾਣ ਲਈ ਸੈਲਸ ਦੀ ਟੁੱਟ ਭਜ ਹੋ ਗਈ ਹੈੀ ਉਹਦੀ ਰਿਪੇਅਰ ਵਾਸਤੇ ਠੀਕ ਹੈ ਜੀ तो खनिज भी जोड़े है इस शरीर की सही कारगुजारी वास्ते है सो so, इस प्रकार साढ़े को सही उत्तर होएगा वो है ऑप्शन नंबर फोर कार्बोहाइड्रेट चरबी विटामिन प्रोटीन प्रोटीनते खनिज ठीक है नैक्सट क्वेश्चन है नैक्सट क्वेश्चन साढ़े को जो दो नंबर नंबरते है वह है कि प्रकाश संश्लेषण क्रिया राही हरे पौधे प्रकाश ऊर्जा किस ऊर्जा परिवर्तित करते हैं सो so, प्यारे बच्चों ਪ੍ਰਕਾਸ਼ ਸੰਸ਼ਲੇਸ਼ਣ ਕਰਿਆ ਰਹੀ ਹਰੇ ਪੌਦੇ ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਦੇ ਹਨ ਆ ਉੱਤਰ ਹੋ ਗਿਆ ਬੱਚਿਓ ਠੀਕ ਹੈ ਸੋ ਆਪਸ਼ਨ ਨੰਬਰ 1 ਰਾਈਟ ਇਸ ਕਿਰਿਆ ਵਿੱਚ ਹੁੰਦਾ ਕੀ ਹੈਗਾ ਕਿ ਪੌਦਿਆਂ ਨੂੰ ਨਾ ਸੁਕ੍ਰੋਜ਼ ਜਾਂ ਸਟਾਰਚ ਵਾਂਗ ਰਸਾਇਣਿਕ ਪਦਾਰਥ ਬਣਾਉਣ ਵਿੱਚ ਸਹਾਇਕ ਹੁੰਦੀ ਹੈਗੀ ਇਹ ਠੀਕ ਹੈ ਪ੍ਰਕਾਸ਼ ਸੰਸ਼ਲੇਸ਼ਣ ਕਰਿਆ ਰਹੀ ਜੋ ਸੂਰਜੀ ਊਰਜਾ ਹੈ ਇਹ ਜੋ ਸੁਕ੍ਰੋਜ਼ ਹੈ ਜਾਂ ਸਟਾਰਚ ਹੈ ਉਹ ਰਸਾਇਣਕ ਪਦਾਰਤ ਬਣਾਉਣ ਵਿੱਚ ਸਹਾਇਕ ਹੁੰਦੀ ਹੈਗੀ ਆ। ਸੋ ਅਗਲਾ ਪ੍ਰਸ਼ਨ ਸਾਡੇ ਕੋਲ ਹੈ ਕਿ ਪ੍ਰਕਾਸ਼ ਸੰਸਲੇਸ਼ਨ ਵਾਯੂ ਮੰਡਲ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤਤਾ ਨੂੰ ਬਣਾਈ ਰੱਖਣ ਵਿੱਚ ਕਿਵੇਂ ਮਦਦ ਕਰਦਾ ਹੈ? ਤੁਹਾਨੂੰ ਪਤਾ ਹੈ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਨਾਲ ਹੀ ਆਕਸੀਜਨ ਜਿਹੜੀ ਹੈਗੀ ਬਾਹਰ ਨਿਕਲਦੀ ਹੈ ਪੌਦੇ ਛੱਡਦੇ ਹਨ। ਤੇ ਕਾਰਬਨ ਡਾਈਆਕਸਾਈਡ ਲੈਂਦੇ ਹਨ ਠੀਕ ਹੈ ਸੋ ਉੱਤਰ ਹੋਵੇਗਾ ਆਕਸੀਜਨ ਛੱਡ ਕੇ ਸੋਰੀ ਯਸ ਆਕਸੀਜਨ ਛੱਡ ਕੇ ਤੇ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਸੋ ਸਹੀ ਉੱਤਰ ਹੋਵੇਗਾ অপਸ਼ਨ ਨੰਬਰ 2 ਸੋ ਪ੍ਰਸ਼ਨ ਹੈ ਕਿ ਫਲੀਦਾਰ ਪੌਦਿਆਂ ਵਿੱਚ ਬੈਕਟੀਰੀਆ ਦੀ ਕੀ ਭੂਮਿਕਾ ਹੈ ਸੋ ਫਿਰ ਬੱਚਿਓ ਫਲੀਦਾਰ ਪੌਦਿਆਂ ਦੀ ਭੂਮਿਕਾ ਇਹ ਹੁੰਦੀ ਹੈ ਕਿ ਇਹ ਜੋ ਵਾਯੂ ਮੰਡਲ ਵਿੱਚ ਮੌਜੂਦ ਨਾਈਟ੍ਰੋਜਨ ਗੈਸ ਹੈ ਉਸ ਨੂੰ ਨਾਈਟ੍ਰੇਟ ਦੇ ਵਿੱਚ ਬਦਲਦੀ ਹੈ ਸੋ ਸਾਡੇ ਕੋਲ ਆਪਸ਼ਨ 2 ਜਿਹੜੀ ਹੈ ਸਹੀ ਆਪਸ਼ਨ ਹੈ ਸੋ ਵਾਯੂ ਮੰਡਲ ਦੀ ਨਾਈਟ੍ਰੋਜਨ ਗੈਸ ਨੂੰ ਨਾਈਟ੍ਰੇਟ ਵਿੱਚ ਬਦਲਦੇ ਹਨ ਠੀਕ ਹੈ ਕਿਵੇਂ ਬਦਲਦੇ ਹਨ ਜੋ ਰਾਈਜ਼ੋਬੀਅਮ ਨਾਤਾ ਇੱਕ ਬੈਕਟੀਰੀਆ ਹੁੰਦਾ ਹੈ ਜੋ ਕਿ ਫਲੀਦਾਰ ਜਿਹੜੇ ਪੌਦੇ ਹਨ ਉਹਨਾਂ ਦੀ ਜੜਾਂ ਵਿੱਚ ਪਾਇਆ ਜਾਂਦਾ ਹੈ ਇਹ ਕੀ ਕਰਦਾ ਹੈ ਇਹ ਨਾਈਟ੍ਰੋਜਨ ਜਿਹੜੀ ਹੈ ਉਸ ਨੂੰ ਨਾਈਟ੍ਰੇਟ ਦੇ ਵਿੱਚ ਪਰਿਵਰਤਿਤ ਕਰ ਦਿੰਦਾ ਹੈ ਐਟਮੋਸਫੇਰਿਕ ਨਾਈਟ੍ਰੋਜਨ ਨੂੰ ਇਹ ਆਪਣੇ ਲਈ ਵਾਯੂਮੰਡਲੀ ਨਾਈਟrogen ਨੂੰ ਨਾਈਟ੍ਰੇਟ ਵਿੱਚ ਬਦਲ ਦਿੰਦਾ ਆ ਤੇ ਪੌਦਿਆਂ ਲਈ ਉਪਲਬਧ ਕਰਾਉਂਦਾ ਹੈ ਜਿਸ ਨਾਲ ਇਹ ਹੁੰਦਾ ਕਿ ਇਹ ਪੌਦੇ ਦੇ ਵਿਕਾਸ ਦੇ ਵਿੱਚ ਮਦਦ ਹੁੰਦੀ ਹੈਗੀ ਆ ਠੀਕ ਹੈ ਸੋ ਪ੍ਰਸ਼ਨ ਇਹ ਹੈ ਕਿ ਭੋਜਨ ਦੇ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਨ ਨਾ ਇਸ ਨੂੰ ਕੀ ਕਹਿੰਦੇ ਹਨ ਸੋ ਵਿੱਚ ਇਸ ਨੂੰ ਪਾਚਨ ਕਹਿੰਦੇ ਹਨ ਠੀਕ ਹੈ ਸੋ ਉੱਤਰ ਹੋਵੇਗਾ ਪਾਚਨ ਇੱਥੇ ਇਸ ਦੇ ਗਲਾ ਦਿੰਨੇ ਆ ਛੋਟਾ ਜਿਹਾ ਪ੍ਰਸ਼ਨ ਸਾਡੇ ਕੋਲ ਹੈ ਇਹ ਹੈ ਕਿ ਸਟੋਮਾਟਾ ਵਿੱਚ ਗਾਰਡ ਸੈੱਲ ਦੀ ਕੀ ਭੂਮਿਕਾ ਹੁੰਦੀ ਹੈ ਸੋ ਗਾਰਡ ਸੈੱਲ ਦੀ ਕੀ ਭੂਮਿਕਾ ਹੁੰਦੀ ਹੈ ਸੋ ਗਾਰਡ ਸੈੱਲ ਦਾ ਕੰਮ ਹੁੰਦਾ ਹੈ ਸੋ ਟੋਮੇਟਾ ਨੂੰ ਖੋਲਣਾ ਤੇ ਬੰਦ ਕਰਨਾ ਇਸ ਪ੍ਰਕਾਰ ਉੱਤਰ ਹੋਏਗਾ ਆਪਸ਼ਨ ਨੰਬਰ 2 ਸਟੋਮੇਟਾ ਦੇ ਖੋਲਣ ਅਤੇ ਬੰਦ ਹੋਣ ਨੂੰ ਨਿਜੰਤਰਿਤ ਕਰਨਾ ਠੀਕ ਹੈ ਪਰ ਵਿੱਚ ਜੋ ਪੰਜਵੇਂ ਪ੍ਰਸ਼ਨ ਤੋਂ ਬਾਅਦ ਅਸੀਂ ਸਿੱਧਾ ਅੱਠਵਾਂ ਕਰ ਲਿਆ ਸੀ ਕੋਈ ਗੱਲ ਨਹੀਂ ਆਪਾਂ ਸਕਿਪ ਕਰਦੇ ਕਰਨਾ ਸੋ ਛੇਵੇਂ ਪ੍ਰਸ਼ਨ ਤੇ ਅਸੀਂ ਆ ਜੰਨੇ ਆ ਸਹੀ ਸਵਾਲ ਪ੍ਰਸ਼ਨ ਇਹ ਹੈ ਕਿ ਲਾਰ ਵਿੱਚ ਮੌਜੂਦ ਐਨਜ਼ਾਈਮ ਬਦਲਦੇ ਹਨ ਕੀ ਬਦਲਦੇ ਹਨ ਐਨਜ਼ਾਈਮ ਜਿਹੜੇ ਹੈਗੇ ਉਹਨਾਂ ਦਾ ਕੀ ਕੰਮ ਆ ਸੋ ਉੱਤਰ ਹੋਏਗਾ ਭਰ ਵਿੱਚੋਂ ਸਟਾਰਚ ਨੂੰ ਸਧਾਰਨ ਖੰਡ ਵਿੱਚ ਬਦਲਣਾ ਕਿਉਂਕਿ ਜੋ ਆਪਣਾ ਐਨਜ਼ਾਈਮ ਹੈ ਜਿਹਨੂੰ ਪਾ amylase ਕਹਿੰਦੇ ਹੈਗੇ ਆ ਇਹ ਕਾਰਬੋਹਾਈਡਰੇਟ ਨੂੰ ਮਲਟੋਜ਼ ਵਿੱਚ ਬਦਲਦਾ ਹੈ ਠੀਕ ਹੈ ਸੋ ਕਾਰਬੋਹਾਈਡਰੇਟ ਜੋ ਕਿ ਸਟਾਰਚ ਦਾ ਹੀ ਰੂਪ ਹੈ ਸੋ ਉੱਤਰ ਹੋਏਗਾ ਸਟਾਰਚ ਨੂੰ ਸਧਾਰਨ ਖੰਡ ਵਿੱਚ ਸੋ ਸਤਮਾ ਪ੍ਰਸ਼ਨ ਹੈ ਕਿ ਸਤਮੀ ਜਮਾਤ ਵਿੱਚ ਰਮਿੰਦਰ ਮੈਡਮ ਨੇ ਵਿਦਿਆਰਥੀਆਂ ਨੂੰ ਕੋਲੀਅਸ ਪੌਦੇ ਦਾ ਇੱਕ ਪੱਤਾ ਦਿਖਾਇਆ ਜੋ ਹਰੇ ਰੰਗ ਦਾ ਨਹੀਂ ਸੀ ਪੱਤਾ ਦਿਖਾਉਂਦੇ ਹੋਏ ਪੁੱਛਿਆ ਕਿ ਹੁਣ ਮੈਨੂੰ ਦੱਸੋ ਕਿ ਇਸ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੁੰਦੀ ਹੈ ਜੇ ਹਾਂ ਤਾਂ ਕਿਵੇਂ ਹੁੰਦੀ ਹੈ ਸੋ ਇਹ ਵਿੱਚ ਸਤਵੇਂ ਦਾ ਉੱਤਰ ਹੋਏਗਾ ਹਾਂ ਇਸ ਵਿੱਚ ਵੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੁੰਦੀ ਹੈ। ਸੋ ਪ੍ਰਸ਼ਨ ਨੋਮਾ ਹੈ ਕਿ ਹੇਠ ਲਿਖਿਆਂ ਚੋਂ ਕਿਹੜੀਆਂ ਪ੍ਰਸਥਿਤੀਆਂ ਵਿੱਚ ਇੱਕ ਗਿੱਲੇ ਬ੍ਰੈਡ ਨੂੰ ਰੱਖਣ ਤੇ ਲੂਹ ਵਰਗੀਆਂ ਰਚਨਾਵਾਂ ਦਿਖਾਈ ਦੇਣ ਲੱਗ ਜਾਂਦੀਆਂ ਹਨ? ਸੋ ਪਰ ਵਿੱਚੋਂ ਇਸ ਦਾ ਉੱਤਰ ਹੈ ਸਿੱਲੇ ਅਤੇ ਗਰਮ ਸਥਾਨ ਤੇ। ਸੋ ਪ੍ਰਸ਼ਨ 10 ਹੈ ਕਿ ਚਿੱਤਰ ਦਿਖਾਇਆ ਗਿਆ ਸਾਨੂੰ। ਉਹ ਪੁੱਛਦੇ ਕਿ ਵੀ ਇਹ ਜਿਹੜਾ ਪੌਦਾ ਹੈ ਇਸ ਦਾ ਨਾਮ ਦੱਸੋ। ਇਸ ਦਾ ਨਾਮ ਹੈ ਖੁੰਬ ਹੈ ਨਾ ਪਖੁੰਬਾ ਸਮਝੀਖਾਨ ਨੇ ਬੜੀ ਸਵਾਲ ਲੱਗਦੀ ਹੈਗੀ ਸੋ ਇੱਕ ਖੁੰਬਿਆ ਮਸ਼ਰੂਮ ਸੋ ਪ੍ਰਸ਼ਨ 11 ਹੈ ਸਾਡੇ ਕੋਲ ਕਿ ਪੌਦੇ ਵਿੱਚ ਜ਼ਾਈਲਮ ਟਿਸ਼ੂ ਦਾ ਕੀ ਕੰਮ ਹੈ بیٹے ਜ਼ਾਈਲਮ ਤੋਂ ਜਲਿਆ ਜਲਿਆ ਕਰੇ ਜਜੇ ਦਾ ਜ਼ਾਈਲਮ ਜਜੇ ਦਾ ਚਲ ਮਤਲਬ ਇਸਨੇ ਜਲ ਅਤੇ ਖਣਿਜ ਪਦਾਰਜ ਜਿਹੜਾ ਹੈਗਾ ਜੋ ਜੜਾਂ ਨਾਲ ਹੀ ਸੋਕ ਕੇ ਪੌਦੇ ਦੇ ਦੂਜੇ ਭਾਗਾਂ ਨੂੰ ਭੇਜਣਾ ਸੋ ਆਪਸ਼ਨ ਨੰਬਰ 1 ਸਾਡੀ ਸਹੀ ਆਪਸ਼ਨ ਹੋਏਗੀ ਸੋ ਪ੍ਰਸ਼ਨ 12 ਹੈ ਸਾਡੇ ਕੋਲ ਕਿ ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਹਰੇ ਰੰਗ ਦੇ ਵਰਣਕ ਨੂੰ ਕੀ ਕਹਿੰਦੇ ਹਨ ਸੋ ਫਿਰ ਵਿੱਚ ਉਸਨੂੰ ਕਹਿੰਦੇ ক্লোਰੋਫਿਲ ਸੋ ਸਹੀ ਉੱਤਰ ਹੋਵੇਗਾ ক্লোਰੋਫਿਲ ਪ੍ਰਸ਼ਨ 13 ਲੈ ਲਈਏ ਸੋ 13ਵਾਂ ਪ੍ਰਸ਼ਨ ਸਾਡੇ ਕੋਲ ਹੈ ਕਿ ਅੱਜ ਸਾਡੇ ਸਾਇੰਸ ਅਧਿਆਪਕ ਨੇ ਸਾਨੂੰ ਫਲੀਦਾਰ ਪੌਦਿਆਂ ਦੀਆਂ ਜੜਾਂ ਜਾਂ ਗੰਡਾਂ ਬਾਰੇ ਪੜਾਇਆ ਇਸ ਵਿੱਚ ਮੌਜੂਦ ਇੱਕ ਬੈਕਟੀਰੀਆ ਦਾ ਨਾਂ ਦੱਸੋ ਜੋ ਖਾਵਾ ਵਿੱਚਲੀ ਨਾਈਟ੍ਰੋਜਨ ਨੂੰ ਪੌਦਿਆਂ ਦੇ ਵਰਤੋਂ ਜੋਗ ਰੂਪ ਵਿੱਚ ਬਦਲ ਦਿੰਦਾ ਹੈ ਸੋ ਉਸ ਦਾ ਨਾਮ ਹੈ ਰਾਈਜ਼ੋਬੀਅਮ ਸੋ ਤਲਗੁਨਸ ਵਿੱਚੋਂ ਰਾਈਜ਼ੋਬੀਅਮ ਸੋ ਪ੍ਰਸ਼ਨ 14 ਹੈ ਸਾਡੇ ਕੋਲ ਕਿ ਭੋਜਨ ਦੇ ਮੁੱਖ ਅੰਸ਼ਾਂ ਨੂੰ ਕੀ ਕਿਹਾ ਜਾਂਦਾ ਹੈ ਸੋ ਪਹਿਲਾਂ ਜੇ ਮੁੱਖ ਅਚ ਕਿਹੜੇ ਨੇ ਹੈ ਕਾਰਬੋਹਾਈਡਰੇਟਸ ਚਰਬੀ ਉਸ ਤੋਂ ਬਾਅਦ ਪ੍ਰੋਟੀਨ ਫਿਰ ਮਿਨਰਲਸ ਹੈਗੇ ਠੀਕ ਹੈ ਸੋ ਇਹ ਸਾਰੇ ਕੀ ਨੇ ਇਹ ਸਾਰੇ ਨੇ ਪੋਸ਼ਕ ਤੱਤ ਸੋ ਸਹੀ ਉੱਤਰ ਹੋਏਗਾ ਪੋਸ਼ਕ ਤੱਤ ਇਹਨੂੰ ਪਾ ਲਾਈਟ ਲਾਦਣੀ ਹੈ ਵਿਟਾਮਿਨ ਵਿੱਚ ਕੀ ਆਇੰਦਾ ਬੇਟਾ ਓਕੇ ਦੈਨ ਹੈ ਕੁਐਸਚਨ ਪ੍ਰੋਪੋਸ਼ੀਆਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਸੋ ਪਰ ਵਿੱਚ ਪ੍ਰੋਪੋਸ਼ੀਆਂ ਦੀ ਹੈ ਜਿਹੜੀ ਮੁੱਖ ਸ਼੍ਰੇਣੀਆਂ ਹਨ ਉਹ ਤਾਂ ਹੈਗੀਆਂ ਆ ਜਿੱਦਾਂ ਸ਼ਾਕਾਹਾਰੀ ਹੋ ਗਿਆ ਮਾਸਾਹਾਰੀ ਹੋ ਗਿਆ ਸਰਬਹਾਰੀ ਹੋ ਗਿਆ ਤਿੰਨ ਤਾਂ ਇਹ ਮੁੱਖ ਹੋ ਜਾਂਦੀਆਂ ਉਸ ਤੋਂ ਇਲਾਵਾ ਦੋ ਹੋਰ ਹੁੰਦੀਆਂ ਹੈਗੀਆਂ ਠੀਕ ਹੈ ਜਿਨ੍ਹਾਂ ਬਾਰੇ ਕਹਿੰਨੇ ਹੈਗੇ ਆ ਆ ਸੋ ਇਹ ਬੜੇ ਇੱਕ ਤਾਂ ਉਹ ਹਨ ਜੋ ਕਿ ਮਰੇ ਹੋਏ ਪਦਾਰਥਾਂ ਜਾਂ ਜਿਹੜੇ ਸੜੇ ਗਲੇ ਪੌਦੇ ਆ ਜਾਂ ਜਾਨਵਰਾਂ ਨੂੰ ਖਾਂਦੇ ਹਨ ਜਿਵੇਂ ਕਿ ਕੀੜੇ ਮਕੋੜੇ ਨੂੰ ਤੇ ਦੂਜੇ ਹਨ ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਡੀਕੰਪੋਜ਼ਰਸ ਕਹਿੰਦੇ ਆ ਸੜਾਊ ਜੀਵ ਇਹ ਬੈਕਟੀਰੀਆ ਜਾਂ ਫੰਗਸ ਹੁੰਦੇ ਹਨ ਜੋ ਨਾ ਮਰੇ ਹੋਏ ਪਦਾਰਥਾਂ ਨੂੰ ਛੋਟੇ ਤੱਤਾਂ ਵਿੱਚ ਤੋੜ ਕੇ ਮੜਵਾਤਾਂ ਵਿੱਚ ਮਿਲਾਉਂਦੇ ਹਨ ਸੋ ਸਾਡੇ ਕੋਲ ਇਸ ਤਰੀਕੇ ਨਾਲ 3+2 ਉਹਨੇ ਚਾਹੀਦਾ ਉੱਤਰ ਤਾਂ ਸੋ 5 ਅੰਸਰ ਆਇਨਾ ਚਾਹੀਦਾ ਤੇ ਸੋ ਬੇਰੇ ਵਿੱਚੋਂ ਇਸ ਪ੍ਰਸ਼ਨ ਨੰਬਰ 15 ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਹੈ ਤਾਂ ਜਰੂਰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਔਰ ਜੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਵੀ ਕਰ ਦਿਓ ਔਰ ਜਦ ਤੱਕ ਮੇਰੀ ਨੈਕਸਟ ਵੀਡੀਓ ਆਉਂਦੀ ਹੈ ਟੀਲ ਦੈਨ ਆ ਵਿਸ਼ ਯੂ ਆਲ ਦਾ ਵੈਰੀ ਬੈਸਟ ਐਂਡ ਹੈਪੀ ਲਰਨਿੰਗ ਥੈਂਕ ਯੂ ਵੈਰੀ ਮੱਚ ਫਾਰ ਵਿਊਇੰਗ ਦਿਸ ਵੀਡੀਓ ਥੈਂਕ ਯੂ